सब तो पहला तो मैं तुहाडा सारे तुहाडा धन्नवाद करदा कि चलो तुसी नहीं भी इस गल नूं इहदी इंपोर्टेंस नूं समझदे ते चलो चंगी गल है। नहीं नहीं समझदे जी, हाउस पूरा समझदा, मैसेज दे दित्ता कि समो दे मिल भी है आ जाणगे। वैसे तो सानू सारयां नूं मैनूं लगदा कि परमात्मा समत बख्शे, असी जे हिसाब नाल चलाउणा चाहुंदे आ ना, एक डिफरेंट रंगत आ पोलिटिकल बंदे दी, कोई बहुती कदर कुदर आले दुआले है नहीं अक्रॉस द पार्टी लाइन। असी सारयां ने यह किया, कोई कल्ले किसी ने नहीं किया। तो मैं तो क्योंकि जो बजट की गल करा, क्योंकि एक इंडीकेशन होंदा कि हाँ भी कैपीटल एक्सपेंडिचर की हैगा, क्योंकि तुसी तो इकनोमिक्स नूं वध समझदे आ। जिहड़ा मिनिस्टर साहब ने पहला वाइट पेपर इशू किया, मैनूं लगदा जां तां उहदे ते पहला बहस करा लेनी चाहीदी सी। जे वाइट पेपर इशू कर ही लिया तो फिर जिहड़ा बजट इत्थे पढ़िया गया, जिहड़ा इत्थे बजट पढ़िया गया ते उहदे विच कुछ बदला ही लै आउणे सीगे, जे वाइट पेपर दे मुताबक ही कोई बदला लै आउंदे। मैं नहीं कहिंदा, क्योंकि पिछले समयां दे विच मैं इस गल नाल एग्री करदा कि पुरानियां सरकारां ने बहुत माड़ियां गल्लां कीतियां, पर एट द सेम टाइम यह बजट जिहड़ा एक एक्सल शीट तो इलावा कुछ नहीं है। क्योंकि पिछली बारी 2021-22 दे विच 10,078 करोड़ का कैपीटल एक्सपेंडिचर सीगा, ते जिहड़ा हुण वध के 10,981 8% उहदे विच 7-8% तां इनफ्लेशन आ जाणी आ, ते आपां किहड़े कैपीटल एक्सपेंडिचर की गल करदे। और दूसरी गल है, क्योंकि यह तो सिंपल जी गल है भी अर्निंग साडी की आ ते साडा एक्सपेंडिचर की आ, ते असी होर लोन जिहड़ा वो रेज करन दी गल करदे आ, क्योंकि पिछली बारी 46,083 करोड़ का सीगा ते इस बारी 55,050 करोड़ का आ। सो उहदे विच कोई बदलाव वाली गल जिहड़ी आ वो बिल्कुल दिसी नहीं, क्योंकि वैसे तो जिहड़ी एक्साइज पॉलिसी है अज उहदा हाई कोर्ट ने स्टे भी कर दिता, क्योंकि जे एक्साइज पॉलिसी इन्नी चंगी सी तो फिर हाई कोर्ट ने उहदा स्टे कर दिता। तुसी तो एनहांसमेंट 40% की गल करते, तुसी तो बेसिकली ईवन 1/3 जिहड़े आ ठेके भी नीलाम नहीं कर सके। ਇਹ ਬੇਸਿਕਲੀ ਮੈਂ ਨਹੀਂ ਕਹਿੰਦਾ, ਮੈਂ ਦਿਲੋਂ ਚਾਹੁੰਦਾ ਕਿ ਇਹ ਸਰਕਾਰ ਬਹੁਤ ਵਧੀਆ ਕੰਮ ਕਰੇ, ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੰਜਾਬ ਫਲਾਨੇ ਨੇ ਠੀਕ ਕਰਨਾ ਹੁੰਦਾ, ਫਲਾਨੇ ਨੇ ਠੀਕ ਕਰਨਾ ਹੁੰਦਾ। ਪੁਰਾਣੀਆਂ ਸਰਕਾਰਾਂ ਨੇ ਬਹੁਤ ਮਾੜੇ ਕੰਮ ਕੀਤੇ ਆ, ਪਰ ਕਈ ਵਾਰੀ ਘਰ ਦੇ ਭਾਗ ਜਿਹੜੇ ਉਹ ਡੇੜੀ ਤੋਂ ਪਤਾ ਲੱਗਣ ਲੱਗ ਪੈਂਦੇ ਵੀ ਘਰ ਦੇ ਭਾਗ ਹੈ ਕਿਹੋ ਜਿਹੇ ਆ। ਔਰ ਦੂਸਰੀ ਗੱਲ ਜਿਹੜੀ ਹੈਲਥ ਦੀ ਜੇ ਮੈਂ ਗੱਲ ਕਰ ਲਵਾਂ, ਆਪਣੇ ਕੋਲ ਲਗਭਗ 8,000 ਇੰਸਟੀਟਿਊਸ਼ਨ ਹੈਗੇ ਆ ਜਿਹਦੇ ਵਿੱਚ ਡਿਸਟ੍ਰਿਕਟ ਹੋਸਪਿਟਲਸ ਵੀ ਆ, ਜਿਹਦੇ ਵਿੱਚ ਸਬ ਡਿਵੀਜ਼ਨ ਦੇ ਹੋਸਪਿਟਲ ਵੀ ਆ, CHCs ਵੀ ਆ, PHCs ਵੀ ਆ, ਹੈਲਥ ਵੈਲਨੈਸ ਸੈਂਟਰ ਵੀ ਹੈਗੇ ਆ। ਐਕਚੁਅਲੀ ਤੁਹਾਡੀ ਜ਼ਿੱਦ ਇਹ ਆ ਕਿ ਅਸੀਂ, ਕਿਉਂਕਿ ਤੁਹਾਡੇ ਆਕਾ ਜਿਹੜੇ ਆ, ਮੈਂ ਨਹੀਂ ਕਹਿੰਦਾ ਉਹਨਾਂ ਦਾ ਰਿਸਪੈਕਟ ਕਰੋ, ਪਰ ਪੰਜਾਬ ਦੇ ਹਾਲਾਤ ਤੇ ਦਿੱਲੀ ਦੇ ਹਾਲਾਤ ਅਲੱਗ ਹੈ। ਪੰਜਾਬ 52,000 ਸਕੇਅਰ ਕਿਲੋਮੀਟਰ ਦੇ ਵਿੱਚ ਆ, ਜਦਕਿ ਦਿੱਲੀ ਸਿਰਫ 1500 ਸਕੇਅਰ ਕਿਲੋਮੀਟਰ ਦੇ ਵਿੱਚ। ਉੱਥੇ ਏਕੜ ਦੇ ਵਿੱਚ ਮੇਰਾ ਖਿਆਲ ਹਜ਼ਾਰਾਂ ਲੋਕ ਰਹਿੰਦੇ ਆ, ਹਜ਼ਾਰਾਂ ਫੈਮਿਲੀਜ਼ ਰਹਿੰਦੀਆਂ। ਉਹ ਤਾਂ ਮਹੱਲਾ ਕਲੀਨਿਕ ਦੀ ਗੱਲ ਕਰ ਲੈਣ, ਆਪਾਂ ਮਹੱਲਾ ਕਲੀਨਿਕ ਦੀ ਗੱਲ, ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡਾ ਇੱਕ ਮਾਡਲ ਬਣਾ ਲਿਆ ਤੇ ਉਸ ਮਾਡਲ ਦੇ ਵਿੱਚ ਤੁਹਾਨੂੰ ਇਸ ਗੱਲ ਲਈ ਵਜਿਦ ਰਹਿਣਾ ਪੈਣਾ। ਔਰ ਜਿਹੜਾ ਤੁਸੀਂ 21 ਲੱਖ ਦਾ ਫਾਇਦਾ ਕੀਤਾ ਕਿ ਪੇਪਰਲੈਸ ਬਜਟ ਲਿਆ ਕੇ, ਤੁਸੀਂ ਅੱਜ 42 ਲੱਖ ਦੀ ਉਹਦੀ ਐਡ ਦਿੱਤੀ ਹੈ, ਉਹਦੀ 42 ਲੱਖ ਦੀ ਐਡ ਦਿੱਤੀ ਹੈ ਅੱਜ। ਬਾਕੀ ਮੈਂ ਨਹੀਂ ਕਹਿੰਦਾ ਸਾਡਾ ਹੈਲਥ ਸਿਸਟਮ ਬਹੁਤ ਵਧੀਆ, ਲੇਕਿਨ ਡਾਕਟਰ ਸਾਹਿਬ ਬੈਠੇ ਆ, ਆਪਾਂ ਜਿਹੜਾ ਹੈਲਥ ਸਿਸਟਮ ਆਲਰੇਡੀ ਹੈਗਾ ਉਹਨੂੰ ਸਟਰੋਂਗ ਕਰ ਲਈਏ, ਉਹਨੂੰ ਸਟਰੈਂਥਨ ਕਰ ਲਈਏ। ਠੀਕ, ਆਪਾਂ ਜ਼ਰੂਰ ਮਹੱਲਾ ਕਲੀਨਿਕ, ਮੈਂ ਨਹੀਂ ਕਹਿੰਦਾ ਤੁਸੀਂ ਮਹੱਲਾ ਕਲੀਨਿਕ ਵੀ ਬਣਾ ਲਓ ਜੇ ਬਣਾਉਣੇ ਆ, ਕਿਉਂਕਿ ਕਦੋਂ ਬਣਾਓਗੇ? 13,000 ਪਿੰਡ ਹੈ, 117 ਦੀ ਪ੍ਰੋਵੀਜ਼ਨ ਹੈ, 75 ਤੁਸੀਂ ਪਹਿਲਾਂ ਬਣਾਉਣੇ ਆ, ਤੇ ਉਹਦੇ ਚ ਕੀ ਐਡੀ ਨਵੀਂ ਚੌੜੀ ਕੀ ਗੱਲ ਹੈਗੀ ਆ। ਸੋ ਮੇਰੇ ਖਿਆਲ ਕਿ ਆਪਾਂ ਨੂੰ ਇਸ ਗੱਲ ਤੇ ਬਹੁਤ ਵਿਜੇਦ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਖਾਸ ਕਰਕੇ ਜਿਹੜਾ ਪੈਸਿਆਂ ਵਾਲੀ ਗੱਲ ਹੈਗੀ ਆ ਉਹਨੂੰ ਆਪਾਂ ਠੀਕ ਪਾਸੇ ਨੂੰ ਤੋਰ ਲਈਏ,
ਆਪਾਂ ਕੋਈ ਕਿਸੇ ਦਾ ਪੁਆਇੰਟ ਸਿਸਟਮ ਠੀਕ ਨਹੀਂ ਕਰਨਾ ਵੀ ਹਾਂਜੀ ਫਲਾਨੇ ਨੇ ਕੀ ਕਹਿਤਾ ਫਲਾਨੇ ਨੇ ਕੀ ਕਹਿਤਾ। ਮੈਂ ਐਜੂਕੇਸ਼ਨ ਦੀ ਗੱਲ ਕਰਨੀ ਚਾਹੁੰਦਾ ਕਿਉਂਕਿ ਇਹ ਮਹਿਕਮਾ 3 ਸਾਲ 3 ਮਹੀਨੇ ਮੈਂ ਵੀ ਹੈਂਡਲ ਕੀਤਾ। ਮੈਂ ਜਾਣ ਬੁੱਝ ਕੇ ਲਿਆ ਸੀ, ਬਹੁਤੇ ਬੰਦਿਆਂ ਨੇ ਤਾਂ ਮੈਨੂੰ ਇਹ ਕਿਹਾ ਵੀ ਇਹ ਹੁਣ ਪੰਗੇ 'ਚ ਪੈ ਗਿਆ, ਕਿਉਂਕਿ ਜੇ ਐਜੂਕੇਸ਼ਨ ਨੂੰ ਅਸੀਂ ਠੀਕ ਨਾ ਕਰ ਸਕੇ, ਜੇ ਹਿਊਮਨ ਸੋਰਸਿਸ ਨੂੰ ਅਸੀਂ ਠੀਕ ਨਾ ਕਰ ਸਕੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਮਾੜਾ ਹੋਊਗਾ। ਅੱਜ ਸਾਡੇ ਹਿਊਮਨ ਸੋਰਸ ਦਾ ਹਾਲ ਇਹ ਹੈ, ਕਿਉਂਕਿ ਮੈਂ 3 ਮਹੀਨਿਆਂ ਦੇ ਵਿੱਚ ਕਾਫੀ ਸਪੀਕਰ ਸਾਹਿਬ ਕਮੇਟੀਆਂ ਵਗੈਰਾ ਫਾਰਮ ਕੀਤੀਆਂ, ਕਿਉਂਕਿ ਜਿਹੜਾ ਬੱਚਾ ਉਹ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈ, ਲੇਕਿਨ ਜਿਹੜਾ ਇੰਡਸਟਰੀਅਲਿਸਟ ਆ ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਹੈ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ। ਇਹਦਾ ਮਤਲਬ ਇਹ ਹੋਇਆ ਕਿ ਸਾਡਾ ਜਿਹੜਾ ਕੈਰੀਕੁਲਮ ਹੈ, ਜਿਹੜੇ ਸਾਡੇ ਕੋਰਸਿਸ ਆ, ਉਹਦੇ ਵਿੱਚ ਕਮੀਆਂ ਪੇਸ਼ੀਆਂ ਹੈਗੀਆਂ, ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈ। ਅੱਜ ਫੋਰਨ ਯੂਨੀਵਰਸਿਟੀਜ਼ ਨੂੰ ਸਾਡੇ ਨਾਲ ਕੋਲੈਬਰੇਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਬੱਚਿਆਂ ਨੂੰ ਇੱਥੇ ਪੜ੍ਹਾ ਲਈਏ। ਐਕਚੁਲੀ ਬਹੁਤ ਕਈ ਵਾਰੀ ਅਸੀਂ ਇਮੋਸ਼ਨਲ ਗੱਲਾਂ ਕਰਨ ਲੱਗ ਪੈਂਦੇ ਹਾਂ ਕਿ ਸਾਡੇ ਬੱਚੇ ਬਾਹਰ ਜਾਣ ਲੱਗ ਪਏ, ਸਾਡੇ ਬੱਚੇ ਬਾਹਰ ਜਾਣ ਲੱਗ ਪਏ। ਬਈ ਦੁਨੀਆ ਅੱਜ ਛੋਟਾ ਜਿਹਾ ਇੱਕ ਗਲੋਬਲ ਵਿਲੇਜ ਬਣ ਗਈ ਆ, ਜਿਹਨੂੰ ਅਪਰਚੁਨਿਟੀ ਮਿਲੂਗੀ ਜੇ ਉਸ ਲੈਵਲ ਦਾ ਬੱਚਾ ਹੋਊਗਾ ਤੇ ਉਹ ਜਾਊਗਾ ਜ਼ਰੂਰ, ਪਰ ਆਪਾਂ ਇਹ ਕਰ ਲਈਏ ਵੀ ਉਹਨਾਂ ਯੂਨੀਵਰਸਿਟੀਆਂ ਨਾਲ ਆਪਾਂ ਕੋਲੈਬੋਰੇਸ਼ਨ ਕਰ ਲਈਏ ਤਾਂ ਕਿ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਸੀ ਜਾਂ ਜਿਹੜੀ ਚੀਜ਼ ਅੱਜ ਸਾਡੇ ਸਿਸਟਮ ਦੇ ਵਿੱਚ ਨਹੀਂ ਹੈਗੀ ਉਹਨੂੰ ਤਾਂ ਆਪਾਂ ਇੰਟਰੋਡਿਊਸ ਕਰ ਲਈਏ। ਔਰ ਦੂਸਰੀ ਗੱਲ, ਮੈਂ ਜੇ ਸਕੂਲਾਂ ਦੀ ਗੱਲ ਕਰ ਲਵਾਂ, ਸਕੂਲਾਂ ਦੇ ਵਿੱਚ ਕਿਉਂਕਿ ਮਾਡਲ ਜਿਹੜਾ ਆ ਉਹ ਤੁਹਾਡੇ ਕੋਲ ਦਿੱਲੀ ਦਾ ਮਾਡਲ ਹੈ, ਤੁਹਾਡੇ ਕੋਲ ਨਹੀਂ ਸਪੀਕਰ ਸਾਹਿਬ, ਤੁਸੀਂ ਤਾਂ ਸਾਂਝੇ ਹੀ ਆ ਸਾਰਿਆਂ ਦੇ, ਸਰਕਾਰ ਕੋਲ ਦਿੱਲੀ ਦਾ ਮਾਡਲ ਆ, ਕਿਉਂਕਿ ਤੁਸੀਂ ਵੀ ਇਹਦੇ ਤੇ ਬਹੁਤ ਜ਼ੋਰ ਲਾਇਆ ਕਿ ਹਾਂ ਵੀ ਪੰਜਾਬ ਐਜੂਕੇਸ਼ਨ ਦੇ ਵਿੱਚ 29ਵੇਂ ਨੰਬਰ ਤੇ ਪਹੁੰਚ ਗਿਆ ਜੀ ਪੰਜਾਬ। ਤੁਸੀਂ ਇਹਨਾਂ ਸੀਟਾਂ ਤੇ ਬੈਠੇ ਹੁੰਦੇ ਸੀ, ਤੁਸੀਂ ਬਹੁਤ ਸਪੀਕਰ ਸਾਹਿਬ ਸਭ ਤੋਂ ਵੱਧ ਤੁਹਾਡੀ ਆਵਾਜ਼ ਆਉਂਦੀ ਹੁੰਦੀ ਸੀ ਭਈ ਪੰਜਾਬ 29ਵੇਂ ਨੰਬਰ ਤੇ ਪਹੁੰਚ ਗਿਆ। ਅਮਨ ਜੀ ਠੀਕ ਹੈ ਇਹ ਗੱਲ ਠੀਕ ਹੈ? ਤੁਸੀਂ ਕਹਿ ਦਿਓ ਵੀ ਇਹ ਗੱਲ ਠੀਕ ਹੈ ਕਿ ਨਹੀਂ ਠੀਕ। ਔਰ ਉਹਦੇ ਤੋਂ ਬਾਅਦ ਜਦੋਂ 2017-18 ਦੇ ਵਿੱਚ ਅਸੀਂ ਪਿੱਛੇ ਸੀ ਤੇ ਦਿੱਲੀ ਅੱਗੇ ਸੀ, ਉਦੋਂ ਤੁਸੀਂ ਇਹ ਬਹੁਤ ਰੌਲਾ ਪਾਇਆ ਕਿ ਹਾਂ ਵੀ ਪੰਜਾਬ ਦਾ ਐਜੂਕੇਸ਼ਨ ਸਿਸਟਮ ਤਾਂ ਬਹਿ ਗਿਆ, ਪੰਜਾਬ ਦਾ ਐਜੂਕੇਸ਼ਨ ਦਾ ਸਿਸਟਮ ਬਹਿ ਗਿਆ। ਪਰ 2020 ਦੇ ਵਿੱਚ ਮੇਰੇ ਕੋਲ ਰਿਪੋਰਟ ਹੈ ਸਪੀਕਰ ਸਾਹਿਬ, 2020 ਦੇ ਵਿੱਚ, ਔਰ ਉਦੋਂ ਜਦੋਂ ਤੁਸੀਂ ਫਸਟ ਆਏ ਸੀ ਨਾ, ਮੈਂ ਤੁਸੀਂ ਇਸ ਕਰਕੇ ਕਹਿੰਦਾ ਵੀ ਤੁਸੀਂ ਦਿੱਲੀ ਨੂੰ ਤਾਂ ਅੱਗੇ ਹੀ ਰੱਖਣਾ ਚਾਹੁੰਦੇ ਆ, ਤੁਹਾਡੀ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਗਈ। ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ ਯਾਰ, ਇੱਥੇ ਵੀ ਪ੍ਰੋਬਲਮ ਆਈ ਸੀ, ਇਹਨਾਂ ਸੀਟਾਂ ਤੇ ਵੀ ਆਈ ਸੀ, ਕਾਂਗਰਸ ਦੇ ਵਿੱਚ ਵੀ ਆਈ ਸੀ। ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਨਾ ਤੇ ਪਤਾ ਨਹੀਂ ਮਿਆਉਂ ਮਿਆਉਂ ਕਰਨ ਲੱਗ ਪੈਂਦੇ, ਕਿਤੇ ਘਰੇ ਜਾ ਕੇ ਸੋਚ ਲਿਓ ਵੀ ਗੱਲ ਠੀਕ ਹੈ ਕਿ ਨਹੀਂ ਠੀਕ। ਐਂਡ ਜਦੋਂ ਦਿੱਲੀ ਪਹਿਲਾਂ ਆਇਆ ਸੀ, ਯਾਰ ਮੈਨੂੰ ਬੋਲ ਲੈਣ ਦਿਓ ਯਾਰ, ਬਾਅਦ ਚ ਕਰ ਲਿਓ, ਟਾਈਮ ਹੋ ਗਿਆ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ, ਵਾਈਂਡ ਅਪ ਕਰ ਲਓ। ਇਹ ਤੁਹਾਡੇ ਸਿਸੋਦੀਆ ਜੀ, ਵੈਸੇ ਤਾਂ ਕੱਲ੍ਹ ਮੇਰਾ ਦਿਲ ਕਰਦਾ ਸੀ ਵੀ ਇੱਥੇ ਆਏ ਆ ਵੀ ਮੈਂ ਮਾੜਾ ਜਿਹਾ ਪੁੱਛ ਲਵਾਂ, ਉਹਨਾਂ ਨੇ ਆ ਟਵੀਟ ਕੀਤਾ ਸੀਗਾ ਕਿ ਇਟ ਇਜ਼ ਅ ਮੈਟਰ ਆਫ ਪ੍ਰਾਈਡ ਫੋਰ ਦਿੱਲੀ ਦੈਟ ਆਰ ਗਵਰਨਮੈਂਟ ਸਕੂਲਸ ਹੈਵ ਬਿਨ ਰੈਂਕ ਟੌਪ ਇਨ ਦਾ ਕੰਟਰੀ ਇਨ ਨੀਤੀ ਆਯੋਗਸ ਨੈਸ ਰਿਪੋਰਟ ਐਟਰੀਬਿਊਟਿੰਗ ਲੈਂਡਮਾਰਕ ਟਰਾਂਸਫਾਰਮੇਸ਼ਨ ਆਫ ਦਾ ਗਵਰਨਮੈਂਟ ਸਕੂਲ ਸਿਸਟਮ ਇਨ ਦਿੱਲੀ। ਜਦੋਂ ਤੱਕ ਤੁਹਾਡਾ ਦਿੱਲੀ ਦਾ ਆਇਆ ਅਸੀਂ ਉਹ ਬਿਲਕੁਲ ਸਰਵੇ ਠੀਕ ਸੀ, ਲੇਕਿਨ ਜਦੋਂ ਪੰਜਾਬ ਪਹਿਲੀ ਆਇਆ ਨੈਸ ਦੇ ਵਿੱਚ ਵੀ ਆਇਆ ਤੇ ਆਇਆ ਜਿਹੜਾ ਪਰਫਾਰਮੈਂਸ ਗ੍ਰੇਡ ਇੰਡੈਕਸ ਆ ਉਹਦੇ ਵਿੱਚ ਵੀ 20 ਚ ਵੀ ਆਇਆ ਤੇ 21 ਚ ਵੀ ਆਇਆ, ਪਹਿਲੀ ਤੇ ਆਇਆ। ਤੁਹਾਡੇ ਸੀਐਮ ਸਾਹਿਬ ਨੇ ਇੱਥੇ ਔਨ ਦਾ ਫਲੋਰ ਆਫ ਦਾ ਹਾਊਸ ਐਂਡ ਮੈਂ ਆਈ ਕੈਨ ਪ੍ਰੂਵ ਇਟ ਔਨ ਦਾ ਫਲੋਰ ਆਫ ਦਾ ਹਾਊਸ ਕਹਿੰਦੇ ਵੀ ਇਹ ਫਜ ਡਾਕੂਮੈਂਟ ਆ, ਇਹ ਬੋਗਸ ਹੈ। ਯਾਰ ਤੁਸੀਂ ਬੇਸਿਕਲੀ ਪੰਜਾਬ ਦੇ ਲੱਖਾਂ ਬੱਚਿਆਂ ਨੇ, ਔਰ CBSE ਨੇ ਕੰਡਕਟ ਕੀਤਾ ਸੀ ਪੰਜਾਬ ਦੇ ਲੱਖਾਂ। ਡਾਕਟਰ ਜੀਵਨਜੋਤ ਕੌਰ ਹੋ ਗਿਆ ਸਰ, ਤੁਹਾਨੂੰ 3 ਮਿੰਟ ਵੱਧ ਦੇਤੇ। ਨਹੀਂ ਨਹੀਂ ਇਹ ਸਮੇਂ ਦੀ ਗੱਲ ਹੀ ਹੈ, ਹੋਰ ਕੋਈ ਗੱਲ ਨਹੀਂ, ਇਹ ਸਮੇਂ ਦੀ ਗੱਲ ਹੈ। ਇਹਨਾਂ ਨੂੰ ਵਾਈਂਡ ਅਪ ਕਰਨਾ, 3 ਮਿੰਟ ਵੱਧ ਦੇਤੇ, ਕਰੋ ਜੀ ਬੋਲੋ। ਤੁਸੀਂ ਤਾਂ ਇਸ ਗੱਲ ਨੂੰ ਓਨ ਵੀ ਨਹੀਂ ਕਰਦੇ, ਤੁਹਾਡੇ ਐਜੂਕੇਸ਼ਨ ਮਿਨਿਸਟਰ, ਮੈਂ ਫੋਨ ਕਰਕੇ ਕਿਹਾ, ਮੈਂ ਕਿਹਾ ਆਪਣੇ ਬੱਚੇ ਬਈ ਆਪਣੇ ਬੱਚੇ 1 ਨੰਬਰ ਤੇ ਆਏ ਆ, ਤੁਸੀਂ ਤਾਂ ਪੰਜਾਬ ਨੂੰ ਓਨ ਕਰਨ ਦੀ ਵੀ ਗੱਲ ਨਹੀਂ ਕਰਦੇ। ਤੁਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਹੁਣ 6ਵੇਂ ਨੰਬਰ ਤੇ ਆ ਇਹ 1ਲੇ ਨੰਬਰ ਵਾਲਾ ਬੱਚਾ 6ਵੇਂ ਨੰਬਰ ਕੋਲ ਜਾ ਕੇ ਪੜ੍ਹਨ ਆਵੇ। ਕੁਛ ਤਾਂ ਮਾੜਾ ਮੋਟਾ
ਕਿਤੇ ਜਾ ਕੇ ਅਮਨ ਜੀ ਘਰੇ ਬਹਿ ਕੇ ਭਾਵੇਂ ਜਦੋਂ ਰਾਤ ਨੂੰ ਸੌਣ ਲੱਗੇ ਉਦੋਂ ਹੀ ਸੋਚ ਲਿਓ, ਇੰਨਾ ਨਾ ਦਿੱਲੀ ਦੇ ਥੱਲੇ ਲੱਗੋ। ਮੈਂ ਤਾਂ ਛੋਟੀ ਦਿੱਲੀ ਦੀ ਗੱਲ ਕਰਦਾ ਸੀ, ਇੱਦਾਂ ਦਾ ਨਾ ਕਰੋ। ਥੈਂਕ ਯੂ ਡਾਕਟਰ ਜੀਵਨਜੋਤ ਕੌਰ। ਅਮਨ ਜੀ ਹੁਣ ਮੈਂ ਇੱਕ ਜਵਾਬ ਦੇ ਦਾਂ। ਅਮਨ ਜੀ ਦੇਖੋ, ਸਰ ਪ੍ਰਗਟ ਸਿੰਘ ਜੀ ਮੇਰੇ ਬੜੇ ਸਤਿਕਾਰਯੋਗ ਨੇ, ਬੜੇ ਲਰਨਡ ਬੰਦੇ ਨੇ। ਮੈਂ ਸਿਰਫ ਔਰ ਸਿਰਫ ਇੰਨੀ ਬੇਨਤੀ ਕਰਨੀ ਜੋ ਕਿ ਇਹ ਰਿਪੋਰਟਾਂ ਦੇ ਕੌਣ ਅੱਗੇ ਤੇ ਪਹਿਲੇ ਤੇ ਹੈ, ਕੌਣ ਛੇਵੇਂ ਤੇ ਹੈ, ਆਪਾਂ ਇਹਦੀ ਡਿਟੇਲ ਦੇ ਵਿੱਚ ਜਾਣ ਨਾਲੋਂ ਨਾ ਜੀ, ਜੇ ਆਪਾਂ ਗਰਾਊਂਡ ਦੇ ਉੱਪਰ ਦੇਖ ਲਈਏ। ਪ੍ਰਗਟ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਆਪਾਂ ਜਿੰਨੇ ਜਿੱਥੇ ਬੈਠੇ ਹਾਂ, ਜਿੰਨੇ ਬੈਠੇ, ਚਾਹੇ ਤੁਸੀਂ ਹੋ ਚਾਹੇ ਅਸੀਂ ਹਾਂ ਚਾਹੇ ਇੱਧਰ, ਆਪਣੇ ਵਿੱਚੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਿਹਨੇ ਆਪਦਾ ਬੱਚਾ ਪੜ੍ਹਾਇਆ? ਪਲੀਜ਼ ਟਰਾਈ ਟੂ ਅੰਡਰਸਟੈਂਡ ਦਾ ਗਰਾਊਂਡ ਰਿਐਲਿਟੀ। ਗਰਾਊਂਡ ਰਿਐਲਿਟੀ, ਇੱਕ ਦੂਜੇ ਦੇ ਆਰੋਪ ਪ੍ਰਤਿਆਰੋਪ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਲਾ ਲਓ, ਇੱਕ ਮਿੰਟ ਲਾ ਲਓ, ਆਪਾਂ ਕੋਈ ਹਰਜ ਨਹੀਂ ਹੈਗਾ, ਕੋਈ ਹਰਜ ਨਹੀਂ ਹੈਗਾ। ਪਰ ਸਵਾਲ ਇਹ ਹੈ ਵੀ ਇੱਥੇ ਜਿੰਨਾ ਕੁ ਕੰਮ ਕਰਨ ਵਾਲਾ ਹੈਗਾ। ਅਮਨ ਜੀ ਜਿੰਨਾ ਕੁ ਸਪੀਕਰ ਨੇ ਬੋਲਣਾ ਜੀ, ਡਾਕਟਰ ਬੈਠੋ। ਨੈਕਸਟ ਵੀਕ ਮੀਆਂ ਮੁਰਾਦ ਅਲੀ ਜੀ, ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ, ਹਰ ਸਮੱਸਿਆ ਦਾ ਸਮਾਧਾਨ। ਸਮੱਸਿਆ ਜਿਵੇਂ ਲਵ ਮੈਰਿਜ, ਵਸ਼ੀਕਰਨ, ਕਿਤਾ ਕਰਾਇਆ, ਲੋਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली, पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। पहला मेरा लव मैरिज नूं लैके कोई भी काम नहीं बन रहा सी, बहुत जगह ते धक्के खाए। फिर बाद विच मैनू किसी ने मियां मुराद जी अली बारे दस्या, ते अज देखो मैं अपने वैवाहिक जीवन दे विच बहुत खुश हाँ। कारोबार एकदम ठप हो गया सी, असी बड़े औखे हो गए। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98417 18786, 97797, 24075।